जो बोले सो निहा सत श्री अकाल। परम सत्कार योग ਤਨ ਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਸਾਧ ਸੰਗਤ ਜੀਓ, ਪਿਆਰ ਸਹਿਤ ਫਤਿਹ ਗਜਾਓ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਅਤਿ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਔਰ ਸਤਿਕਾਰਯੋਗ ਸੰਤ ਬਾਬਾ ਚਰਨ ਸਿੰਘ ਜੀ ਤਿੰਨਾਂ ਮਹਾਂਪੁਰਸ਼ਾਂ ਦੀ ਇਸ ਪਿਆਰੀ ਯਾਦ ਵਿੱਚ ਜੁੜ ਬੈਠੇ ਹਾਂ। ਦਾਸ ਗੁਰੂ ਕੇ ਸਵਾਰਿਸ ਸਥਾਨ 'ਤੇ ਪਹਿਲੀ ਵਾਰ ਆਪ ਜੀ ਦੇ ਦਰਸ਼ਨ ਕਰ ਰਿਹਾ ਹੈ। ਉਹਨਾਂ ਮਹਾਂਪੁਰਸ਼ਾਂ ਦੇ ਸਰੀਰਕ ਰੂਪ ਵਿੱਚ ਤਾਂ ਦਰਸ਼ਨ ਨਹੀਂ ਕੀਤੇ, ਪਰ ਭਾਈ ਦਲਜੀਤ ਸਿੰਘ ਜੀ ਨਾਰੰਗਵਾਲ ਵਾਲਿਆਂ ਨੇ ਉਹਨਾਂ ਬਾਰੇ ਬਹੁਤ ਕੁਝ ਬਚਨ ਬਿਲਾਸ ਦਾਸ ਨਾਲ ਸਾਂਝੇ ਕੀਤੇ ਕਿ ਕਿਵੇਂ ਸ਼੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਬਰਕਤਾਂ ਅਤੇ ਬਖਸ਼ਿਸ਼ਾਂ ਦੇ ਮਾਲਕ ਸਨ। ਇੱਕ ਗੱਲ ਚੇਤੇ ਰੱਖਣਾ, ਸਤਿਗੁਰਾਂ ਨੇ ਬਚਨ ਕੀਤਾ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੈ ਸਦਾ ਵਸਾਏ। ਬਰਕਤਾਂ ਮਹਾਂਪੁਰਸ਼ਾਂ ਦੇ ਅੱਗੇ ਪਿੱਛੇ ਘੁੰਮਦੀਆਂ ਨੇ, ਸਮੁੱਚੀਆਂ ਸ਼ਕਤੀਆਂ ਪਰਮਾਤਮਾ ਦੀਆਂ ਉਹਨਾਂ ਦੇ ਅੱਗੇ ਪਿੱਛੇ ਘੁੰਮਦੀਆਂ ਨੇ। ਜਿਹੜੇ ਆਪਣੇ ਅੰਦਰ ਉਸ ਪਰਮ ਪਿਤਾ ਪਰਮਾਤਮਾ ਦੇ ਨਾਮ ਨੂੰ ਵਸਾ ਕੇ ਰੱਖਦੇ ਨੇ, ਔਰ ਇਹੋ ਜਿਹੇ ਮਹਾਂਪੁਰਸ਼ ਬੰਦਗੀ ਵਾਲੇ ਤਪੱਸਿਆ ਵਾਲੇ ਉਹਨਾਂ ਦੀ ਸਾਧਨਾ ਕਿੱਡੀ ਕੁ ਵੱਡੀ ਹੋਵੇਗੀ। ਸਮਾਂ ਇਤਨਾ ਨਹੀਂ, ਇੱਕ ਬੇਨਤੀ ਕਰਕੇ ਸਮਾਪਤੀ ਕਰ ਦਿਆਂਗਾ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਕਵਿਤ ਲਿਖਿਆ, ਮੈਂ ਉਹਦੀ ਇੱਕ ਉਦਾਹਰਨ ਦੀ ਆਪ ਜੀ ਨਾਲ ਵਿਚਾਰ ਸਾਂਝੀ ਕਰਕੇ ਸਮਾਪਤੀ ਕਰਾਂਗਾ। ਉਹ ਕਹਿੰਦੇ, ਤੇਲ ਦੀਵਾ ਬਲਿਆ, ਦੀਵੇ ਦੀ ਲੋ ਦਾ ਸਭ ਨੇ ਆਨੰਦ ਮਾਣਿਆ, ਪ੍ਰਕਾਸ਼ ਪ੍ਰਾਪਤ ਕਰਕੇ ਰਾਹ ਲੱਭਿਆ, ਪਰ ਪਤਾ ਹੈ ਇਹ ਦੀਵਾ ਲੋ ਕਿਵੇਂ ਦੇ ਸਕੇ? ਅਤੇ ਉਹ ਆਪ ਹੀ ਜਵਾਬ ਦਿੰਦੇ ਨੇ, ਅਸਲ ਵਿੱਚ ਦੀਵੇ ਵਿੱਚ ਪਈ ਕੋਈ ਵੱਟੀ ਨਹੀਂ ਬਲੀ, ਉਸ ਦੀਵੇ ਵਿੱਚ ਪਿਆ ਹੋਇਆ ਤੇਲ ਬਲਿਆ, ਅਤੇ ਤੇਲ ਨੇ ਪ੍ਰਕਾਸ਼ ਤੱਕ ਦਾ ਜਿਹੜਾ ਸਫ਼ਰ ਤੈਅ ਕੀਤਾ ਹੈ ਉਹ ਬੜਾ ਕਠਿਨ ਹੈ, ਬੜੀ ਸਾਧਨਾ ਵਾਲਾ ਹੈ। ਪਹਿਲਾਂ ਉਹਨੂੰ ਖੇਤਾਂ ਵਿੱਚ ਬੀਜਿਆ ਗਿਆ, ਫਿਰ ਉਸਨੂੰ ਵੱਢਿਆ ਗਿਆ, ਫਿਰ ਉਹਨਾਂ ਤਿਲਾਂ ਨੂੰ ਕੁਲਾੜੀ ਵਿੱਚ ਪੀੜ ਕੇ ਉਹਨਾਂ ਦਾ ਤੇਲ ਕੱਢਿਆ ਗਿਆ, ਫਿਰ ਤੇਲ ਦੀਵੇ ਵਿੱਚ ਪਾ ਕੇ ਬੱਟੀ ਵੱਟ ਕੇ ਫਿਰ ਉਸ ਬੱਤੀ ਨੂੰ ਜਦੋਂ ਅੱਗ ਵਿਖਾਈ ਗਈ ਤੇ ਫਿਰ ਉਹ ਦੀਵਾ ਉਹ ਤੇਲ ਜਿਹੜਾ ਬਲਿਆ। ਉਹਨਾਂ ਨੇ ਉਦਾਹਰਨਾਂ ਦੇਖ ਕੇ ਕਿਹਾ ਕਿ ਸੱਤ ਪੁਰਸ਼ਾਂ ਨੇ ਜਿਹੜਾ ਸੁੱਖ ਸੰਸਾਰ ਨੂੰ ਦਿੱਤਾ, ਜਿਹੜਾ ਪ੍ਰਕਾਸ਼ ਸੰਸਾਰ ਨੂੰ ਦਿੱਤਾ, ਉਹਦੇ ਪਿੱਛੇ ਉਹਨਾਂ ਦੀ ਬਹੁਤ ਵੱਡੀ ਕਰੜੀ ਘਾਲਣਾ ਦਾ
ਨਤੀਜਾ ਸੀ। ਜਿਨ੍ਹਾਂ ਨੇ ਜਿਸ ਸਾਧਨਾ ਨੂੰ ਕਰਦਿਆਂ ਉਹਨਾਂ ਨੇ ਨਾ ਦਿਨ ਵੇਖਿਆ ਨਾ ਰਾਤ ਵੇਖੀ, ਦਿਨ ਰਾਤ ਸ਼ਬਦ ਦੀ ਕਮਾਈ ਕਰਦੇ ਰਹੇ ਅਤੇ ਸ਼ਬਦ ਦੀ ਕਮਾਈ ਕਰਦਿਆਂ ਕਰਦਿਆਂ ਇੱਕ ਦਿਨ ਸ਼ਬਦ ਦਾ ਸਰੂਪ ਹੋ ਗਏ। ਮਾਲਕ ਨੇ ਸਭ ਕੁਝ ਉਹਨਾਂ ਦੀ ਝੋਲੀ ਵਿੱਚ ਪਾ ਦਿੱਤਾ। ਗੁਰੂ ਕੇਸਵਾਰੋ ਸ਼੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਐਸੇ ਸਤਿਪੁਰਸ਼ਾਂ ਵਿੱਚੋਂ ਨੇ ਜਿਨ੍ਹਾਂ ਨੇ ਬਹੁਤ ਵੱਡੀਆਂ ਸਾਧਨਾਵਾਂ ਕੀਤੀਆਂ ਨੇ। ਕਿਸੇ ਸੰਗੀਤਕਾਰ ਦੇ ਬੋਲ ਨੇ, ਉਹ ਕਹਿੰਦਾ ਜੋ ਧੁਨ ਸਾਜ ਪੇ ਸੇ ਨਿਕਲੀ ਹੈ ਵੋ ਸਭ ਨੇ ਸੁਣੀ ਹੈ, ਮਗਰ ਜੋ ਸਾਜ ਪੇ ਗੁਜਰੀ ਹੈ ਕਿਸ ਕੋ ਕਿਆ ਪਤਾ। ਉਹਨਾਂ ਨੇ ਗੁਰੂ ਸਾਹਿਬ ਜੀ ਨੇ ਜਿਹੜੇ ਬਚਨ ਕੀਤੇ ਨੇ ਕਿ ਸਿੱਖੀ ਬੜੀ ਬਰੀਕ ਹੈ, ਇਹ ਖੰਡੇ ਦੀ ਧਾਰ ਹੈ, ਵਾਲ ਤੋਂ ਨਿੱਕੀ ਹੈ, ਉਹ ਸਤਿਪੁਰਸ਼ ਇਸ ਮਾਰਗ 'ਤੇ ਓਨੇ ਹੀ ਸੂਖਮ ਹੋ ਕੇ ਚੱਲੇ ਨੇ। ਉਹਨਾਂ ਬਚਨਾਂ ਨੂੰ ਉਹਨਾਂ ਨੇ ਕਮਾਇਆ ਜਿਹੜੇ ਸਤਿਗੁਰਾਂ ਨੇ ਕਿਹਾ, ਅਲਪ ਅਹਾਲ ਸੁਲਭ ਸੀ ਨਿੰਦਾ ਦਇਆ ਸ਼ਿਮਾ ਤਨ ਪ੍ਰੀਤ। ਇਹ ਬੜੀ ਸਾਧਨਾ ਦੀ ਗੁਰੂ ਕੇ ਸਵਾਰਿਓ ਗੱਲ ਹੈ ਅਤੇ ਮਹਾਂਪੁਰਸ਼ਾਂ ਨੇ ਕਮਾਈਆਂ ਕੀਤੀਆਂ, ਉਹਨਾਂ ਦੀ ਬਦੌਲਤ ਸਾਰੇ ਅੱਜ ਗੁਰੂ ਦਰਬਾਰ ਵਿੱਚ ਜੁੜ ਬੈਠੇ ਹੋ। ਦਾਸ ਧੰਨਵਾਦ ਕਰਦਾ ਸੰਤ ਬਾਬਾ ਸੁੱਖਾ ਸਿੰਘ ਜੀ ਦਾ, ਸੰਤ ਬਾਬਾ ਹਾਕਮ ਸਿੰਘ ਜੀ ਹੋਰਾਂ ਦਾ, ਜਿਨ੍ਹਾਂ ਨੇ ਆਪ ਜੀ ਦੇ ਦਰਸ਼ਨ ਦਿਦਾਰੇ ਕਰਵਾਏ। ਸਟੇਜ 'ਤੇ ਬਹੁਤ ਪਿਆਰੀਆਂ ਸ਼ਖਸੀਅਤਾਂ, ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਸਾਹਿਬ, ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ, ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਜੀ, ਔਰ ਅਤਿ ਸਤਿਕਾਰਯੋਗ ਪਿਆਰੇ ਮਹਾਂਪੁਰਸ਼ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ, ਮੁਖੀ ਦਲ ਬਾਬਾ ਬਿਧੀ ਚੰਦ ਸਾਹਿਬ। ਇਹਨਾਂ ਸਾਰਿਆਂ ਨੇ ਆਪ ਜੀ ਨਾਲ ਬਚਨਾਂ ਦੀ ਸਾਂਝ ਕਰਨੀ ਹੈ। ਦਾਸ ਨੂੰ ਇੰਨੇ ਕੁ ਬਚਨਾਂ ਬੇਨਤੀਆਂ ਕਰਦਿਆਂ ਦਾਸ ਖਿਮਾ ਦਾ ਜਾਜਕ ਹੈ ਹਾਜ਼ਰੀ ਪ੍ਰਵਾਨ ਕਰਨੀ। ਪਿਆਰ ਸਹਿਤ ਫਤਿਹ ਗਿਰਾਵੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗਿਆਨੀ ਅਮੀਰ ਸਿੰਘ ਜੀ, ਮੁਖੀ ਜਵਦੀ ਟਕਸਾਲ, ਉਹਨਾਂ ਦਾ ਸਤਿਕਾਰ ਕੀਤਾ ਜਾ ਰਿਹਾ ਜੀ। ਜੋ ਬੋਲੇ